ਸ਼੍ਰੀ ਸੰਦੀਪ ਗੋਇਲ SSP ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਇੱਕ ਡਰਾਇੰਗ ਚਲਾਈ ਗਈ ਸੀ ਕਿ ਜਿਹੜੇ ਯੰਗਸਟਰਸ ਆਪਣੇ ਮੋਟਰਸਾਈਕਲਸ 'ਤੇ ਮੋਡੀਫਾਈਡ ਸਲੰਸਰ ਅਤੇ ਪ੍ਰੈਸ਼ਰ ਹਾਰਟ ਲਾਉਂਦੇ ਨੇ ਉਹ ਉਤਰਵਾਏ ਜਾਣ, ਜਿਸ ਦੇ ਤਹਿਤ ਅਸੀਂ 100 ਸਲੰਸਰ ਅਤੇ 100 ਪ੍ਰੈਸ਼ਰਾਂ ਨੂੰ ਉਤਰਾਏ ਜਿਹਨਾਂ ਨੂੰ ਅੱਜ ਡਿਸਟਰੋਏ ਕੀਤਾ। ਇਹ ਉਤਰਵਾਉਣ ਦਾ ਕਾਰਨ ਇਹ ਸੀ ਕਿ ਇੱਕ ਤਾਂ ਇਹਦੇ ਨਾਲ ਨੋਇਸ ਪੋਲਿਊਸ਼ਨ ਹੁੰਦਾ, ਉਸ ਤੋਂ ਇਲਾਵਾ ਇਹ ਹੁੱਲਰਬਾਜ਼ੀ ਨੂੰ ਬੜਾਵਾ ਦਿੰਦੇ ਨੇ ਅਤੇ ਇੱਕ ਕਾਰਨ ਇਹਦਾ ਹੋਰ ਹੈ ਕਿ ਜਦੋਂ ਇਹ ਪ੍ਰੈਸ਼ਰ ਹਾਰਨ ਕਦੇ ਕੋਈ ਬਜ਼ੁਰਗ ਬੰਦਾ ਜਾਂਦਾ ਜੇ ਉਹਦੇ ਬਿਲਕੁਲ ਲਾਗੇ ਦੀ ਵਜਾਇਆ ਜਾਂਦਾ ਤਾਂ ਉਹ ਇੱਕਦਮ ਸਹਿਮ ਜਾਂਦਾ ਜਾਂ ਇਸ ਦੇ ਨਾਲ ਕੋਈ ਉਹ ਡਿੱਗ ਪੈਂਦਾ, ਹਾਦਸਾ ਵਾਪਰ ਸਕਦਾ, ਇਸ ਕਰਕੇ ਲਵਾਏ ਗਏ। ਇਸ ਤੋਂ ਇਲਾਵਾ ਮਾਨਯੋਗ ਹਾਈਕੋਰਟ ਦੇ ਵੀ ਆਦੇਸ਼ ਹੈਗੇ ਕਿ ਇਹ ਨਹੀਂ ਲੱਗਣੀ ਚਾਹੀਦੀ। ਇਸ ਦੇ ਤਹਿਤ ਇਹ ਕਾਰਵਾਈ ਕਰਦੇ ਹੋਏ ਅਸੀਂ ਅਮਲ ਵਿੱਚ ਇਹ ਸਾਰਾ ਕੁਛ ਲਿਆ। ਇਨ ਫਿਊਚਰ ਇਹ ਡਰਾਈ ਲਾਈਨ ਚੱਲਦੀ ਰਹੂਗੀ ਅਤੇ ਸਲੰਸਰ ਅਤੇ ਮੋਡੀਫਾਈਡ ਸਲੰਸਰ ਐਂਡ ਪ੍ਰੈਸ਼ਰ ਹਾਰਨ ਉਤਰਵਾਏ ਜਾਣਗੇ। ਇਸ ਤੋਂ ਇਲਾਵਾ ਅਸੀਂ ਜਿਨ੍ਹਾਂ ਦੇ ਸਲੰਸਰ ਅਤੇ ਇਹ ਪ੍ਰੈਸ਼ਰ ਹਾਰਨ ਉਤਰਵਾਏ ਆ ਉਹਨਾਂ ਦੇ ਘਰਦਿਆਂ ਨੂੰ ਵੀ ਬੁਲਾ ਕੇ ਇਹ ਦੱਸਿਆ ਕਿ ਆਪਦੇ ਬੱਚਿਆਂ ਨੂੰ ਸਮਝਾਓ ਕਿ ਉਹ ਅਜਿਹਾ ਨਾ ਕਰਨ। ਇਸ ਤੋਂ ਇਲਾਵਾ ਦੁਕਾਨਦਾਰਾਂ ਨਾਲ ਵੀ ਇੱਕ ਮੀਟਿੰਗ ਕੀਤੀ ਜਾਊਗੀ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਉਹ ਵੇਚਣ ਦੇ ਲਈ ਤਰਜੀਹ ਨਾ ਦੇਣ ਜਿਹਦੇ ਨਾਲ ਕੋਈ ਹਾਦਸਾ ਵਾਪਰ ਸਕੇ ਜਾਂ ਨੋਇਸ ਪੋਲਿਊਸ਼ਨ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।